ਸ਼ਿਕਾ ਜੀ ਸਾਰਿਆਂ ਨੂੰ ਹੈਲੋ ਫਰੈਂਡਸ, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਤੁਹਾਡੇ ਸਾਰਿਆਂ ਦਾ ਸਵਾਗਤ ਸਾਡੇ YouTube ਚੈਨਲ ਤੇ। ਫਰੈਂਡਸ, ਅੱਜ 26 ਨਵੰਬਰ ਫਰੈਂਡਸ ਤੇ ਅੱਜ ਸਾਡਾ ਐਨੂਅਲ ਡੇ। ਮੈਂ ਤੇ ਬਹੁਤ ਐਕਸਾਈਟਿਡ ਹਾਂ। ਕੱਲ ਫਤਿਹ ਦਾ ਬਹੁਤ ਵਧੀਆ ਸੀ, ਸਾਨੂੰ ਮਜ਼ਾ ਆਇਆ ਹਨਾ ਪਾਪਾ? ਬਹੁਤ ਮਜ਼ਾ ਆਇਆ, ਵਧੀਆ ਸੀ, ਸ਼ਾਨਦਾਰ। ਬਾਕੀ ਉਹਨਾਂ ਨੇ ਅਰੇਂਜਮੈਂਟ ਵਧੀਆ ਸੀ ਹਨਾ, ਔਰਗਨਾਈਜ਼ ਬੜਾ ਵਧੀਆ ਕੀਤਾ ਸੀ। ਮੈਨੂੰ ਸਭ ਤੋਂ ਬੈਸਟ ਚੀਜ਼ ਲੱਗੀ ਕੋਰੀਓਗ੍ਰਾਫੀ, ਬੜੀ ਵਧੀਆ ਸੀ। ਜਿੰਨੀਆਂ ਵੀ ਉਹਨਾਂ ਨੇ ਜਿਹੜਿਆ ਵੀ ਪੇਸ਼ ਕੀਤਾ ਨਾ, ਸਾਰਾ ਸਿਸਟਮ, ਥੀਮ ਵੀ ਵਧੀਆ ਸਨ ਤੇ ਕੋਰੀਓਗ੍ਰਾਫੀ ਅਲਟੀਮੇਟ ਸੀ। ਹਾਂਜੀ, ਤੇ ਫਰੈਂਡਸ ਅੱਜ ਸਾਡਾ ਤੇ ਅੱਜ ਜਿਹੜਾ ਸਾਡਾ ਐਨੂਅਲ ਡੇ ਵੇ ਉਹਦਾ ਨਾਮ ਕਰਮਾ ਰੱਖਿਆ ਉਹਨਾਂ ਨੇ। ਅੱਛਾ, ਤੁਹਾਡਾ ਉਹ ਫਤਿਹ ਰੰਦਾ ਉਲਾਸ ਕਰਮਾ, ਫਤਿਹ ਰੰਦਾ ਉਲਾਸ ਸੀ ਤੁਹਾਡਾ ਕਰਮਾ। ਮੈਂ ਕਰਵਾ ਕਰਵਾ ਚੌਥ ਤੇ ਲਾਂ ਗਏ ਕਰਮਾ, ਅੱਛਾ ਫਤਿਹ ਕਾ ਉਲਾਸ ਹਨ। ਹਾਂਜੀ, ਤੇ ਅੱਜ ਅਸੀਂ ਹੁਣ 12:10 ਤੇ ਜਾਵਾਂਗੇ, ਵੈਨ ਆਏਗੀ ਸਾਡੀ। ਹੁਣ ਕਿੰਨੇ ਵਜੇ ਨਾਲੇ ਨੇ? 11 ਵਜੇ ਚੱਲੇ ਨੇ। ਓ ਮਾਈ ਗੋਡ, ਤੇ ਮੈਂ ਬਸ ਹੁਣ ਰੈਡੀ ਹੋਣ ਵਾਲੀ ਆ। ਮਮਾ ਆਪਣੇ ਲਹਿੰਗੇ ਨੂੰ ਲੱਗੇ ਨੇ ਉਧਰ, ਮੈਂ ਤੁਹਾਨੂੰ ਵਿਖਾਨੀ ਆ। ਇਧਰ ਮਮਾ ਦਾ ਲਹਿੰਗਾ ਚੱਲ ਰਿਹਾ। ਮਮਾ ਜੀ, ਕਿੱਥੇ ਜਾਣਾ ਆ? ਆ ਲਹਿੰਗਾ ਕਿੱਥੇ ਜਾਏਗਾ? ਇਹ ਵੀ ਜਾਣਾ, ਫੋਰਨ ਹੀ ਜਾਣਾ, ਬਟ ਮੈਨੂੰ ਨਾ ਦੇਣਾ ਕੋਰੀਅਰ ਤੇ ਮੈਂ ਇਸ ਕਰਕੇ ਇਹਨੂੰ ਲੱਗੀ ਆ ਜਲਦੀ ਜਲਦੀ, ਉਹਨਾਂ ਨੇ ਮੈਰੀ ਤੇ ਪਾਣਾ। ਮੰਮਾ ਜੀ, ਨਈ ਮਸ਼ੀਨ ਬਹੁਤ ਜ਼ਿਆਦਾ ਵੱਡੀ ਜੋ ਕਿ ਮੈਨੂੰ ਬਹੁਤ ਪਸੰਦ ਹੈ, ਤੇ ਹੁਣ ਮੰਮਾ ਜੀ ਛੇਤੀ ਫ੍ਰੀ ਹੋਵੋ, ਤੁਸੀਂ ਮੈਨੂੰ ਰੈਡੀ ਵੀ ਤੇ ਕਰਨਾ ਹੈ। ਕਰਨ ਲੱਗੀ ਆ ਬਸ। ਤੇ ਉਧਰ ਇੱਕ ਡੰਮੀ ਤੇ ਇੱਕ ਹੋਰ ਲਹਿੰਗਾ ਲਟਕਦਾ ਪਿਆ ਨਾ, ਲਟਕ ਨਹੀਂ ਰਿਹਾ ਹੈਗਾ। ਹਾਂ ਫਰੈਂਡਸ, ਮੈਂ ਹੁਣ ਕਿਵੇਂ ਜਾਵਾਂ ਜਿੱਤੇ ਤਾਰ ਲੱਗੀ ਹੈ? ਤੇ ਲੰਘ ਜਾ, ਕੋਈ ਗੱਲ ਨਹੀਂ, ਟੱਪਣਾ ਪਏਗਾ ਉਧਰ। ਹਾਂ, ਤੇ ਆ ਇੱਕ ਫਰੈਂਡਸ, ਆ ਕਿੱਥੇ ਜਾਣਾ ਮੰਮਾ ਲਹਿੰਗਾ? ਅਮਰੀਕਾ, ਅਮੈਰੀਕਾ ਜਾਣਾ। ਤੇ ਬਹੁਤ ਹੀ ਸੋਹਣਾ ਲਹਿੰਗਾ ਹੈ, ਮੈਂ ਜਦੋਂ ਵੇਖਿਆ ਨਾ ਇਹਨੂੰ ਡੰਮੀ 'ਤੇ ਲਟਕਦਾ ਬਹੁਤ ਸੋਹਣਾ ਲੱਗਦਾ ਪਿਆ ਸੀ। ਫਰੈਂਡ, ਤੁਸੀਂ ਸੋਚਦੇ ਹੋਗੇ ਕਿ ਮੈਂ ਨੇਲ ਪੇਂਟ ਕਾਹਤੋਂ ਲਾਈਏ, ਕਿਉਂਕਿ ਜਿਹੜੇ ਸਾਡੇ ਡਾਂਸ ਹੈ ਨਾ ਗਣੇਸ਼ਵੰਤ ਨਾ, ਉਹਦੇ ਵਿੱਚ ਇਵੈਂਟ ਇੰਚਾਰਜਸ ਨੇ ਕਿਹਾ ਕਿ ਤੁਸੀਂ ਰੈੱਡ ਨੇਲ ਪੇਂਟ ਲਾ ਕੇ ਆਉਣੀ ਹੈ। ਵੈਸੇ ਮੈਂ ਯੂਜੁਅਲੀ ਨਹੀਂ ਲਾਉਂਦੀ ਹੈਗੀ, ਅਤੇ ਬਹੁਤ ਹੀ ਸੋਹਣਾ ਲਹਿੰਗਾ ਹੈ। ਫਰੈਂਡਸ, ਐਵੇਂ ਦੇ ਲਹਿੰਗੇ ਤੁਸੀਂ ਬਣਵਾ ਸਕਦੇ ਹੋ ਸਾਡੇ ਬੁਟੀਕ ਚੀਮਸ ਕ੍ਰੀਏਸ਼ਨ ਤੋਂ, ਹੈ ਨਾ ਮੰਮਾ? ਨਹੀਂ ਬੇਟਾ, ਹੱਥ ਨਾਲ ਕਰ ਦੇਣਾ। ਗੰਦਾ ਬੈਡ ਮੈਨਰਸ, ਪਤਾ ਤੇਰੇ ਚ ਭਰ ਗਏ ਨੇ ਪੂਰੇ। ਨਾ ਨਾਤਾ ਬ੍ਰਸ਼ ਤੇ ਕਰ ਲਿਆ ਨਾ, ਸ਼ੂਗਰ ਫਤਿਹ ਚੁੱਪ ਕਰਕੇ ਉੱਠ ਕੇ ਨਾਲ ਆ ਤੇ ਤੇਰਾ ਮੋਰ ਐਵੇਂ ਦਾ ਬਣਾਵਾਂਗਾ, ਯਾਦ ਰੱਖੇਗਾ। ਤੇਰੀ ਨਿੰਦਰ ਐਵੇਂ ਦੀ ਪੂਰੀ ਕਰਾਂਗਾ ਨਾ, ਸਾਰੀ ਰਾਤ ਸੁੱਤਾ ਰਹੇ ਨਾ ਸਵੇਰ ਤੱਕ। ਸਾਰੇ ਫਰੈਂਡਸ ਤੁਹਾਡੇ ਵੇਖਦੇ ਪਏ ਨੇ ਇਹਨੂੰ, ਫਿਰ ਤੈਨੂੰ ਲਾਂਘ ਤਾਂ ਪਾ ਦੇਣੀ ਉਹਨਾਂ ਨੇ ਉੱਠ ਕੇ ਨਾਲ। ਫਤਿਹ ਰਹਿਣ ਦੇ, ਫਤਿਹ ਉਲਟੇ ਕੰਮ ਤੋਂ ਹੋਰ ਕੋਈ ਕੰਮ ਨਹੀਂ ਹੈ ਤੈਨੂੰ? ਤਸੀਰ ਤੋਂ ਰੇਡੀ ਹੁੰਦੀ ਹੈ ਤੇ ਫਿਰ ਆਪਾਂ ਪੂਰਾ ਗੈਟਅਪ ਵਿਖਾਵਾਂਗੇ ਇਹਦਾ ਕਿਵੇਂ ਦਾ ਬਣਨਾ ਹਨਾ। ਪੂਰਾ ਪ੍ਰੋਪਰ ਰੇਡੀ ਹੋ ਕੇ ਜਾਣਾ ਕਰੋ, ਉਹ ਤੁਹਾਡਾ ਮੇਕਅਪ ਮੂਕਅਪ ਉੱਥੇ ਕਰ ਲੈਣਗੇ ਨਾ ਮੈਮ? ਨਹੀਂ ਕਰੋ ਮੈਡਮ ਨੇ ਕਿਹਾ। ਪਾਪਾ ਜੀ, ਸਾਡੇ ਸਕੂਲ ਦੇ ਟੀਚਰ ਬਹੁਤ ਜਿਹੀ ਮੇਕਅਪ ਕਰਦੇ ਨੇ, ਸਭ ਕਰੋ ਕਰਦੇ ਨੇ। ਇਹ ਮੋਟਾ ਮੇਕਅਪ ਤੇਰਾ, ਮੋਟਾ ਹੀ ਮੇਕਅਪ ਤੇਰਾ, ਸੋਹਣਾ ਕੀਤਾ ਹੀ ਮੈਮ ਨੇ। ਕੁਲਦੀਪ ਮੈਮ ਨੇ ਕੀਤਾ ਹੀ ਕਿ ਨਹੀਂ ਕੀਤਾ? ਬੜਾ ਸੋਹਣਾ ਕੀਤਾ ਹੀ ਮੈਮ ਨੇ। ਕੋਮਲ ਮੈਮ ਨੇ, ਸੋਹਣਾ ਹੈ, ਕਿਊਟ ਲੱਗਦਾ ਹੈ ਤੇ ਗੰਦਾ ਜਿਹਾ ਹੀ ਹੈ ਪਰ ਸੋਹਣਾ ਲੱਗਣ ਡਿਆ ਹੀ ਗਾ। ਤੂੰ ਉਧਰ ਹੋ ਜਾ, ਕਮਲ ਕਮਲਾ ਲੱਗਣਾ ਪਿਆ ਕਮਲੂ, ਸਿਰ ਕਰ ਥੋੜੀ ਜੀ ਕਰਕੇ ਦਿਖਾ, ਵੇਖ ਲੈ ਉੱਥੇ ਉੱਥੇ ਦੇ ਨਹੀਂ, ਉੱਥੇ ਦੇ ਇੰਨੇ ਜ਼ਿਆਦਾ ਹੁੰਦੇ ਨੇ ਬੱਚੇ, ਪਤਾ ਵੀ ਨਹੀਂ ਲੱਗਣਾ ਹੈਗਾ। ਚੱਲ ਇੱਕ ਸੀਨ ਕਰ, ਇੱਕ ਸੀਨ ਕਰ। ਚੈਲੰਜ ਵਾਸਤੇ ਰੱਖੇ ਸੀ ਤੇ ਏਡਾ ਗੰਦਾ ਹੈ, ਸੋਚਦੇ ਸਾਂ ਚੈਲੰਜ ਬਣਾਵਾਂਗੇ ਬਟ ਨਾ ਸਾਨੂੰ ਟਾਈਮ ਲੱਗੇ, ਪਤਾ ਨਹੀਂ ਕਿੰਨੇ ਕੋਲੇ ਆ ਲੈ ਕੇ ਫਿਰ ਫੋੜ ਛੱਡਨੇ ਆ। ਬੜਾ ਸੋਹਣਾ ਚੈਲੰਜ ਸਿਲੈਕਟ ਕੀਤਾ ਹੋਇਆ, ਆਪਾਂ ਕਰਾਂਗੇ ਜਲਦੀ, ਸ਼ਾਇਦ ਕੱਲ ਬਣਾ ਲਈਏ। ਉਹ ਨਹੀਂ ਉਤਾਰੋ, ਉਸ ਨੂੰ ਉਤਾਰਨੀ ਲੋੜ ਹੀ ਸੁੱਕ ਗਿਆ ਬਸ।
ਆਹੋ ਠੀਕ ਪਤੇ ਰੱਖਦੇ ਆ ਹਾਂ ਚਲ ਹੁਣ ਟਾਈਮ ਹੋ ਗਿਆ ਸਿਰਤ 10 ਮਿੰਟ ਚ ਵੈਣ ਆਉਣ ਵਾਲੀ ਫਿਰ ਜਾਏਗੀ ਸਿਰਤ ਦੋਵੇਂ ਹੋ ਚੁੱਕੇ ਨੇ ਰੇੜੀ ਜਸ਼ਨ ਦੀ ਡਰੈਸ ਵੀ ਜ਼ਬਰਦਸਤ ਤੇ ਇਹਨਾਂ ਨੇ ਨਾ ਵੈਸਟ ਤੇ ਪਾਣੀਆਂ ਸਿਪਾਹੀਆਂ ਵਾਂਗੂ ਹੱਲੇ ਅੱਛਾ 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 ਇਹਨਾਂ ਦਾ ਉੱਤੇ ਮੌਕੇ ਤੇ ਬਾਕੀ ਪਰਫਾਰਮੈਂਸ ਤੇ ਵਧੀਆ ਲੱਗਣੀਆਂ ਪੂਰੀਆਂ ਨੇ ਟੋਰਾਂ ਸਟੇਜ ਪਰ ਮੈਂ ਯਾਰ ਇੱਕ ਚੀਜ਼ ਨੋਟ ਕੀਤੀ ਕੱਲ ਮਨਿੰਦਰ ਕੀਤਾ ਤੁਸੀਂ ਨੋਟ ਹੈ ਸੀਰਤ ਵੀ ਮੁੰਡਿਆਂ ਦੀ ਸਾਰੇ ਕੱਲ ਵਾਲੇ ਕੀ ਨਾਮ ਸੀ ਨਾ ਉਲਾਸ ਵਿੱਚ ਮੁੰਡਿਆਂ ਦੀ ਵੈਲਿਊ ਹੀ ਕੋਈ ਨਹੀਂ ਕਿ ਵਿਚਾਰੇ ਸਟੇਜਾਂ ਦੇ ਥੱਲੇ ਖੜਾ ਕੀਤਾ ਕੱਲ ਮੁੰਡਿਆਂ ਦੀ ਨਾ ਮੈਂ ਹਿਸਾਬ ਲਾ ਇੰਪੋਰਟੈਂਸ ਹੀ ਨਹੀਂ ਦੇ ਰਹੇ ਕੋਈ ਵੀ ਸਾਰਿਆਂ ਵਿਚਾਰਿਆਂ ਦੀ ਕੁੜੀਆਂ ਕੁੜੀਆਂ ਦੀ ਜ਼ਿਆਦਾ ਉਹ ਸੀ ਮੁੰਡਿਆਂ ਦੀ ਕੋਈ ਨਹੀਂ ਜ਼ਿਆਦਾ ਚਲੋ ਉਹ ਤੇ ਚੱਲ ਯਾਰ ਉੱਥੇ ਗੱਲ ਸੁਪਰ ਕਹਿਣ ਦਾ ਮਤਲਬ ਇੰਪੋਰਟੈਂਸ ਜ਼ਿਆਦਾ ਕੁੜੀਆਂ ਕੁੜੀਆਂ ਨੂੰ ਹੀ ਸੀ ਬਾਕੀ ਚਲੋ ਅੱਜ ਵੇਨੇ ਇੰਨਾ ਵਾਲਾ ਤੁਹਾਡਾ ਕੀ ਇਹ ਕੀ ਨਾਮ ਹੈ ਸਾਡਾ ਗਣੇਸ਼ ਵੰਦਨਾ ਹੈ ਨਹੀਂ 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 ਤੁਹਾਡੇ ਇਹ ਪ੍ਰੋਗਰਾਮ ਦਾ ਕੀ ਨਾਮ ਹੈ ਕਰਵਾ ਚੌਥ ਨਾ ਕਦੀ ਕਰਵਾ ਚਲੋ ਬੈਸਟ ਆਫ ਲੱਕ ਵਧੀਆ ਕਰਿਆ ਜੇ ਆਪਣਾ ਠੀਕ ਹੈ ਜਸ਼ਨ ਪਾਪਾ ਰੋ ਤੇਰੀ ਮੰਮੀ ਵੀਡੀਓ ਬਣਾ ਹਾਂ ਹਾਂ ਹੁਣ ਆ ਗਈ ਇਹਨਾਂ ਦੀ ਵਹਿਣ ਹੁਣ ਚੱਲੇ ਨੇ ਫਿਰ ਅਸੀਂ ਕੱਲ ਵਾਂਗੂ 4 ਵਜੇ ਜਾਵਾਂਗੇ ਕੌਣ ਸੀ ਸਿਰਤ ਆਓ ਆਓ ਆ ਜਾਓ ਹਰਗੁਣ ਹਰੀ ਆ ਗਏ ਨੇ ਇਹਨਾਂ ਦਾ ਸਿੰਗਿੰਗ ਦਾ ਹਾਂ ਹਰਗੁਣ ਸਾਹਮਣੇ ਹਰਗੁਣ ਉਂਗਲੀ ਕਿੱਥੇ ਗਈ ਮੇਰੀ I take great pleasure in welcoming all of you on this special
ये उस समय की बात है जब मेरे देश का किसान आर्थिक तंगी से गुजर रहा था। तकनीकों का अभाव होने के कारण खेतों में पानी के लिए बारिश पर ही निर्भर था। वो देखो बादल आ रहे हैं। जिला परिषद का ਜ਼ਿਲ੍ਹਾ ਪ੍ਰੀਸ਼ਦ ਦਾ ਸਾਨੂੰ ਰਿਜ਼ਲਟ ਪਤਾ ਲੱਗ ਗਿਆ ਜੋ ਸਾਡੇ ਵੱਲੋਂ ਖੜੇ ਸਾਨੂੰ ਜਿੱਤ ਗਏ ਨੇ ਤੇ ਹੁਣ ਬਲੌਕ ਮੀਟਿੰਗ ਥੋੜ੍ਹੀ ਜਿਹੀ ਦੇਰ 'ਚ ਪਤਾ ਲੱਗ ਜਾਏਗਾ। ਸਾਰੇ ਨਰਵਸ ਹੋਏ ਪਏ ਨੇ ਇਹਦੇ ਚਾਚੂ ਦਾ ਅੱਜ ਰਿਜ਼ਲਟ ਆਉਣਾ ਜਸ਼ਨ ਦੇ ਪਾਪਾ ਦਾ ਹੁਣ ਦੇਖਣੇ ਆਪਾਂ ਸਾਰੇ ਵੇਟ ਕਰ ਰਹੇ ਹਾਂ। 12 ਵੱਜ ਗਏ ਨੇ ਵੈਸੇ ਸਾਰਿਆਂ ਦੇ ਫੋਨ ਸਵਿਚ ਆਫ ਨੇ ਜਿਹੜੇ ਜਿਹੜੇ ਉੱਥੇ ਗਏ ਨੇ ਅਸੀਂ ਕਾਲ ਕਦੋਂ ਦੀ ਕਰ ਰਹੇ ਸਾਂ ਕਿ ਦੱਸਣਗੇ ਸਾਨੂੰ ਛੇਤੀ ਛੇਤੀ ਸਵਿਚ ਆਫ ਕਦੋਂ ਕੀਤੇ ਨੇ ਇਹ ਤਾਂ ਫਿਰ ਅੰਦਰ ਬੰਦ ਕਰਕੇ ਰੱਖਣਾ ਹੁੰਦਾ ਨਾ ਫੋਨ। दो पार्टियां इधर लुक के बैठिया ने तो बाकी सारी टीम साड़ी इधर देखो गेम मानो आसी फतेह मैडम वास्ते वीडियो बन गई हूँ ठीक है ना जशन हूँ मैडम को जाएगी आहो तेरी भी नाली जाएगी भूआ दे मुंडे आ तो सिर तो सिर करा ले ठीक है चल सिर तो दस दे सारे कुछ खबरी हूँ जित गए चाचू जित गए खबरी आए कि चाचू जित गए ने रिजल्ट आ गया है वह भी 1000 वोट्स तो मैं बहुत एक्साइटेड हाँ तो हम अं जा रहे हैं उत्थे थोड़ी पार्टी शार्टी कर अज सारा दिन चलेगी सरपंची सरपंची विच भी साडी टीम दी जित हुई सी जिला परिषद विच भी ते ब्लॉक समिति विच भी हुण असीं चलने आ उधर जशन कर रुक जा सीधे गेट ते बंद कर दा मैं सॉरी तू कर मैनूं कोई नहीं करना आंदा मम्मा एक आया तू फड़ आया नहीं पड़ा मम्मी ने आवाज मार लो ना बोले सो निहाल आज ही बताइए हम बहुत बहुत रोती जी बड़े हो नहीं पता चल एर हो जाएगी हलवाई तैयारी करन ते आ की है दाल हां दाल आ ते उधर सब्जियां कटीच रिया ने आज रात का डिनर इतनी हलवाइया को ते सारे बच्चा पार्टी इधर एक कम लुकते हुए ते आ सारे मुंडा पार्टी हुण असीं थोड़ा खेडांगे उस तो बाद फिर डिनर करांगे इधर चल रहा है स्काई शॉट सारे यो डर लगता पे है।
ਔਰ ਸਾਰੇ ਬੱਚਾ ਪਾਰਟੀਜ਼ ਉਹਦੇ ਜੈਂਟਸ ਪਾਰਟੀ समर कमल कताते हुए इथे भी स्काई शॉट फोड़ा गे इधर भी असि चलाते ने पटाके वेखो ओ ही है स्काई शॉट मैनू भी लगता पिया मैं तो असि एरोप्लेन ਵਾਪਿਸ
इंजॉय करके थोड़ा जहा मैं मम्मा ते दादू आए ने घर क्योंकि असी कल स्कूल जाना है। फतेह हाल तक नहीं आया, वो अपने भरावां ते फ्रेंड्स नाल खेडदा पिया। ते हुण मम्मा पापा नूं फोन कर दो, उन्हें ही बुला लो घर। घर नहीं आ, होर इन्ना टाइम हो गया। फ्रेंड्स ते असी करने अपने व्लॉग का इत्थे ही एंड क्योंकि मैं हुण सोन लगी हाँ। ते अगर थानू व्लॉग पसंद आया ते जिहड़ी मैं परफॉर्मेंस दित्ती सी एनुअल डे ते वह भी पसंद आई ते लाइक जरूर करियो एंड कमेंट विच अपने रिव्यू जरूर दियो। परफॉर्मेंस की पूरी वीडियो दोनों भैन भरावां दी असी शेयर करांगे गुरसीत गुरफतेह फेम चैनल दे उपर। हाँ जी फ्रेंड्स, हुण असीं तुहानूं मिलने अपने नैक्सट व्लॉग्स। बाय बाय।